ਆਈਸਕ੍ਰੀਮ ਚੋਂ ਨਿਕਲੀ ਵੱਡੀ ਹੋਈ ਉਂਗਲ। ਇੱਕ ਡਾਕਟਰ ਨੇ ਕਰੀ ਸੀ ਆਨਲਾਈਨ ਆਰਡਰ। ਡਾਕਟਰ ਨੇ ਖਾ ਲਈ ਸੀ ਅੱਧੀ ਆਈਸਕ੍ਰੀਮ। ਖਾਂਦੇ ਵਕਤ ਮੂੰਹ 'ਚ ਚਲੀ ਗਈ ਸੀ ਕੱਟੀ ਹੋਈ ਉਂਗਲ। ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਕਿਉਂਕਿ ਆਈਸਕ੍ਰੀਮ ਦੇ ਵਿੱਚੋਂ ਇੱਕ ਇਨਸਾਨ ਦੀ ਵੱਡੀ ਹੋਈ ਉਂਗਲ ਨਿਕਲੀ ਹੈ। ਦੱਸ ਦਈਏ ਕਿ ਇੱਕ ਡਾਕਟਰ ਦੇ ਵੱਲੋਂ ਆਨਲਾਈਨ 3 ਕੋਨ ਆਰਡਰ ਕੀਤੇ ਗਏ ਸੀ, ਪਰ ਜਿਵੇਂ ਹੀ ਇੱਕ ਕੋਨ ਕੱਢ ਕੇ ਉਸਦੇ ਵੱਲੋਂ ਖਾਇਆ ਗਿਆ ਤਾਂ ਅੱਧਾ ਕੋਨ ਖਤਮ ਹੋਇਆ ਸੀ ਕਿ ਅਚਾਨਕ ਹੀ ਉਸਦੇ ਮੂੰਹ ਦੇ ਵਿੱਚ ਇੱਕ ਅਜਿਹੀ ਚੀਜ਼ ਗਈ ਜਿਸ ਨੂੰ ਉਹ ਖਾ ਨਾ ਸਕਿਆ। ਜਦੋਂ ਉਸਨੇ ਉਸਨੂੰ ਹੱਥ ਦੇ ਵਿੱਚ ਕੱਢ ਕੇ ਵੇਖਿਆ ਤਾਂ ਉਹ ਇੱਕ ਇਨਸਾਨ ਦੀ ਉਂਗਲ ਸੀ ਜਿਸਦਾ ਨੋਹ ਵੀ ਨਾਲ ਲੱਗਿਆ ਹੋਇਆ ਸੀ। ਹਾਲਾਂਕਿ ਇਹ ਸਭ ਦੇਖ ਇੱਕ ਵਾਰ ਤਾਂ ਡਾਕਟਰ ਜੋ ਹੈ ਹੱਕਾ ਬੱਕਾ ਰਹਿ ਜਾਂਦਾ ਕਿ ਆਖਰ ਇਹ ਕਿਆ ਚੀਜ਼ ਹੈ ਜੋ ਆਈਸਕ੍ਰੀਮ ਦੇ ਵਿੱਚ ਆਈ ਹੈ। ਜਿਸ ਤੋਂ ਬਾਅਦ ਉਸਦੇ ਵੱਲੋਂ ਜਦੋਂ ਜਾਂਚ ਕਰਵਾਈ ਗਈ ਤਾਂ ਉਹ ਇੱਕ ਇਨਸਾਨੀ ਉਂਗਲ ਨਿਕਲਦੀ ਹੈ। ਹਾਲਾਂਕਿ ਇਹ ਉਂਗਲ ਕਿਸ ਦੀ ਹੈ ਇਹ ਜਾਂਚ ਦਾ ਵਿਸ਼ਾ ਹੈ, ਪਰ ਪੁਲਿਸ ਨੂੰ ਵੀ ਹੁਣ ਉਸਦੇ ਵੱਲੋਂ ਮਾਮਲਾ ਦਰਜ ਕਰਵਾ ਦਿੱਤਾ ਗਿਆ ਅਤੇ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਮੁੰਬਈ ਦੇ ਮਲਾਡ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਡਾਕਟਰ ਦੇ ਵੱਲੋਂ ਜਦੋਂ ਆਨਲਾਈਨ ਇੱਕ ਆਈਸਕ੍ਰੀਮ ਦਾ ਕੋਨ ਆਰਡਰ ਕੀਤਾ ਗਿਆ ਤਾਂ ਉਸਦੇ ਵਿੱਚੋਂ ਜਦੋਂ ਖਾ ਰਿਹਾ ਸੀ ਤਾਂ ਕੱਟੀ ਹੋਈ ਉਂਗਲ ਨਿਕਲਦੀ ਹੈ। ਹਾਲਾਂਕਿ ਅੱਧੀ ਆਈਸਕ੍ਰੀਮ ਉਹ ਖਾ ਚੁੱਕਾ ਸੀ ਅਤੇ ਜਦੋਂ ਲਾਸਟ ਬਾਈਟ ਉਸਨੇ ਕੀਤੀ ਤਾਂ ਉਹ ਉਂਗਲ ਉਸਦੇ ਮੂੰਹ ਦੇ ਵਿੱਚ ਚਲੀ ਜਾਂਦੀ ਹੈ। ਹਾਲਾਂਕਿ ਜਦੋਂ ਉਸਦੇ ਵੱਲੋਂ ਮੂੰਹ 'ਚੋਂ ਕੱਢ ਕੇ ਦੇਖਿਆ ਜਾਂਦਾ ਹੈ ਤਾਂ ਉਹ ਇੱਕ ਇਨਸਾਨ ਦੀ ਉਂਗਲ ਨਿਕਲਦੀ ਹੈ। ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਆਈਸਕ੍ਰੀਮ ਦੇ ਵਿੱਚ ਉਂਗਲ ਆਈ ਕਿੱਥੋਂ ਅਤੇ ਇਹ ਉਂਗਲ ਹੈ ਕਿਸ ਦੀ। ਇਹ ਇੱਕ ਵੱਡਾ ਸਵਾਲ ਹੈ ਅਤੇ ਹੁਣ ਡਾਕਟਰ ਦਾ ਵੀ ਬਿਆਨ ਸਾਹਮਣੇ ਆਇਆ। ਇਸ ਸਭ ਤੋਂ ਬਾਅਦ ਡਾਕਟਰ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਦੇ ਹਾਂ। ਆਈਸਕ੍ਰੀਮ 'ਚੋਂ ਨਿਕਲੀ ਵੱਡੀ ਹੋਈ ਉਂਗਲ। ਇੱਕ ਡਾਕਟਰ ਨੇ ਕਰੀ ਸੀ ਆਨਲਾਈਨ ਆਰਡਰ। ਡਾਕਟਰ ਨੇ ਖਾ ਲਈ ਸੀ ਅੱਧੀ ਆਈਸਕ੍ਰੀਮ। ਖਾਂਦੇ ਵਕਤ ਮੂੰਹ 'ਚ ਚਲੀ ਗਈ ਸੀ ਕੱਟੀ ਹੋਈ ਉਂਗਲ। ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਕਿਉਂਕਿ ਆਈਸਕ੍ਰੀਮ ਦੇ ਵਿੱਚੋਂ ਇੱਕ ਇਨਸਾਨ ਦੀ ਵੱਡੀ ਹੋਈ ਉਂਗਲ ਨਿਕਲੀ ਹੈ। ਦੱਸ ਦਈਏ ਕਿ ਇੱਕ ਡਾਕਟਰ ਦੇ ਵੱਲੋਂ ਆਨਲਾਈਨ 3 ਕੋਨ ਆਰਡਰ ਕੀਤੇ ਗਏ ਸੀ, ਪਰ ਜਿਵੇਂ ਹੀ ਇੱਕ ਕੋਨ ਕੱਢ ਕੇ ਉਸਦੇ ਵੱਲੋਂ ਖਾਇਆ ਗਿਆ ਤਾਂ ਅੱਧਾ ਕੋਨ ਖਤਮ ਹੋਇਆ ਸੀ ਕਿ ਅਚਾਨਕ ਹੀ ਉਸਦੇ ਮੂੰਹ ਦੇ ਵਿੱਚ ਇੱਕ ਅਜਿਹੀ ਚੀਜ਼ ਗਈ ਜਿਸ ਨੂੰ ਉਹ ਖਾ ਨਾ ਸਕਿਆ। ਜਦੋਂ ਉਸਨੇ ਉਸਨੂੰ ਹੱਥ ਦੇ ਵਿੱਚ ਕੱਢ ਕੇ ਵੇਖਿਆ ਤਾਂ ਉਹ ਇੱਕ ਇਨਸਾਨ ਦੀ ਉਂਗਲ ਸੀ ਜਿਸਦਾ ਨੋਹ ਵੀ ਨਾਲ ਲੱਗਿਆ ਹੋਇਆ ਸੀ। ਹਾਲਾਂਕਿ ਇਹ ਸਭ ਦੇਖ ਇੱਕ ਵਾਰ ਤਾਂ ਡਾਕਟਰ ਜੋ ਹੈ ਹੱਕਾ ਬੱਕਾ ਰਹਿ ਜਾਂਦਾ ਕਿ ਆਖਰ ਇਹ ਕਿਆ ਚੀਜ਼ ਹੈ ਜੋ ਆਈਸਕ੍ਰੀਮ ਦੇ ਵਿੱਚ ਆਈ ਹੈ। ਜਿਸ ਤੋਂ ਬਾਅਦ ਉਸਦੇ ਵੱਲੋਂ ਜਦੋਂ ਜਾਂਚ ਕਰਵਾਈ ਗਈ ਤਾਂ ਉਹ ਇੱਕ ਇਨਸਾਨੀ ਉਂਗਲ ਨਿਕਲਦੀ ਹੈ। ਹਾਲਾਂਕਿ ਇਹ ਉਂਗਲ ਕਿਸ ਦੀ ਹੈ ਇਹ ਜਾਂਚ ਦਾ ਵਿਸ਼ਾ ਹੈ, ਪਰ ਪੁਲਿਸ ਨੂੰ ਵੀ ਹੁਣ ਉਸਦੇ ਵੱਲੋਂ ਮਾਮਲਾ ਦਰਜ ਕਰਵਾ ਦਿੱਤਾ ਗਿਆ ਅਤੇ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਮੁੰਬਈ ਦੇ ਮਲਾਡ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਡਾਕਟਰ ਦੇ ਵੱਲੋਂ ਜਦੋਂ ਆਨਲਾਈਨ ਇੱਕ ਆਈਸਕ੍ਰੀਮ ਦਾ ਕੋਨ ਆਰਡਰ ਕੀਤਾ ਗਿਆ ਤਾਂ ਉਸਦੇ ਵਿੱਚੋਂ ਜਦੋਂ ਖਾ ਰਿਹਾ ਸੀ ਤਾਂ ਕੱਟੀ ਹੋਈ ਉਂਗਲ ਨਿਕਲਦੀ ਹੈ। ਹਾਲਾਂਕਿ ਅੱਧੀ ਆਈਸਕ੍ਰੀਮ ਉਹ ਖਾ ਚੁੱਕਾ ਸੀ ਅਤੇ ਜਦੋਂ ਲਾਸਟ ਬਾਈਟ ਉਸਨੇ ਕੀਤੀ ਤਾਂ ਉਹ ਉਂਗਲ ਉਸਦੇ ਮੂੰਹ ਦੇ ਵਿੱਚ ਚਲੀ ਜਾਂਦੀ ਹੈ। ਹਾਲਾਂਕਿ ਜਦੋਂ ਉਸਦੇ ਵੱਲੋਂ ਮੂੰਹ 'ਚੋਂ ਕੱਢ ਕੇ ਦੇਖਿਆ ਜਾਂਦਾ ਹੈ ਤਾਂ ਉਹ ਇੱਕ ਇਨਸਾਨ ਦੀ ਉਂਗਲ ਨਿਕਲਦੀ ਹੈ। ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਆਈਸਕ੍ਰੀਮ ਦੇ ਵਿੱਚ ਉਂਗਲ ਆਈ ਕਿੱਥੋਂ ਅਤੇ ਇਹ ਉਂਗਲ ਹੈ ਕਿਸ ਦੀ। ਇਹ ਇੱਕ ਵੱਡਾ ਸਵਾਲ ਹੈ ਅਤੇ ਹੁਣ ਡਾਕਟਰ ਦਾ ਵੀ ਬਿਆਨ ਸਾਹਮਣੇ ਆਇਆ। ਇਸ ਸਭ ਤੋਂ ਬਾਅਦ ਡਾਕਟਰ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਦੇ ਹਾਂ।